ਹੁੰਦਾ ਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦਾ ਸ਼ੌਕ ਹੈ ਤਾਂ ਇਸ ਵਿੱਚ ਤੁਹਾਡੀ ਆਰਥਿਕ ਹਾਲਤ ਬਹੁਤੇ ਮਾਇਨੇ ਨਹੀਂ ਰੱਖਦੀ। ਅੱਜ ਤੁਹਾਨੂੰ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਅਜਿਹੇ ਨੌਜਵਾਨ ਪ੍ਰਜਵਲ ਸੋਨੀ ਨਾਲ ਮਿਲਾਉਣ ਜਾ ਰਹੇ ਹਾਂ ਜਿਸਨੇ ਕਿ 12ਵੀਂ ਸ਼੍ਰੇਣੀ ਕੀਤੀ ਹੋਈ ਹੈ ਪਰ ਉਸ ਵੱਲੋਂ ਅਜਿਹੇ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਜੋ ਉਸਦੀ ਪ੍ਰਤੱਖ ਉਦਾਹਰਣਾਂ ਹਨ। ਇਹ ਨੌਜਵਾਨ ਕੂੜੇ ਤੇ ਕਬਾੜ ਦੇ ਵਿੱਚ ਸੁੱਟੇ ਗਏ ਸਮਾਨ ਤੋਂ ਪ੍ਰੋਜੈਕਟ ਤਿਆਰ ਕਰਦਾ ਹੈ। ਇਸ ਨੌਜਵਾਨ ਨੇ ਜਿੱਥੇ 5 ਕਿਲੋ ਦੇ ਪਲਾਸਟਿਕ ਵਾਲੇ ਡੱਬੇ 'ਚ ਇੱਕ ਕੂਲਰ ਤੱਕ ਤਿਆਰ ਕਰ ਦਿੱਤਾ ਉੱਥੇ ਹੀ ਇੱਕ ਕੈਨੀ ਦੇ ਵਿੱਚ ਵੱਡੇ ਸਪੀਕਰ, ਬਾਲਟੀ ਦੇ ਵਿੱਚ ਵਾਸ਼ਿੰਗ ਮਸ਼ੀਨ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਇਸ ਵੱਲੋਂ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਨੌਜਵਾਨ ਵੱਲੋਂ ਘਰ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਤਿਆਰ ਕੀਤੇ ਗਏ ਹਨ ਜੋ ਕਿ ਮਹਿਜ਼ ਕੂੜੇ ਕਬਾੜ ਦੇ ਵਿੱਚੋਂ ਲਏ ਗਏ ਸਮਾਨ ਤੋਂ ਤਿਆਰ ਕੀਤੇ ਗਏ ਹਨ। ਅਜੀਤ ਦੀ ਟੀਮ ਨੇ ਜਦੋਂ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਕਿਹਾ ਕਿ ਉਹ ਇੱਕ ਅਜਿਹਾ ਹਿਊਮਨ ਡਰੋਨ ਬਣਾਉਣਾ ਚਾਹੁੰਦਾ ਹੈ ਜਿਸ ਵਿੱਚ 2 ਵਿਅਕਤੀ ਬੈਠ ਕੇ ਉੱਡ ਸਕਣ। ਨੌਜਵਾਨ ਅਨੁਸਾਰ ਘਰੇਲੂ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਇੱਕ ਪ੍ਰੋਜੈਕਟ ਦਾ ਸਮਾਨ ਦੂਜੇ ਪ੍ਰੋਜੈਕਟ ਵਿੱਚ ਵਰਤ ਲੈਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ, ਮੈਂ ਹਾਂ ਬਲਕਰਨ ਸਿੰਘ ਖਾਰਾ। ਅਸੀਂ ਇਸ ਵਕਤ ਮੌਜੂਦ ਹਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿੱਥੋਂ ਦੇ ਇੱਕ ਹੋਣਹਾਰ ਬੱਚੇ ਦੁਆਰਾ ਬਹੁਤ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਕਬਾੜ ਤੋਂ ਤਿਆਰ ਕੀਤੀਆਂ ਜਾਂਦੀਆਂ ਤੁਹਾਨੂੰ ਅੱਜ ਉਹਨਾਂ ਨਾਲ ਮਿਲਾਵਾਂਗੇ। ਉਹਨਾਂ ਵੱਲੋਂ ਕੀ ਕੁਛ ਅੱਜ ਤੱਕ ਤਿਆਰ ਕੀਤਾ ਗਿਆ ਹੈ, ਆਓ ਤੁਹਾਨੂੰ ਉਸ ਹੋਣਹਾਰ ਬੱਚੇ ਨਾਲ ਮਿਲਾਉਂਦੇ ਹਾਂ। ਹਾਂਜੀ ਬੱਚੇ, ਕੀ ਨਾਮ? ਮੇਰਾ ਨਾਮ ਪ੍ਰਜਵਰ ਹੈ, ਮੈਂ 12th ਕਰ ਲਈ ਹੈ ਜੀ। ਹਾਂਜੀ, ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ, ਪੰਜਾਬ ਤੋਂ। ਹੁਣ ਕੀ ਕਰ ਰਹੇ ਹੋ ਇਸ ਟਾਈਮ? ਮੈਂ ਇਸ ਤੋਂ ਬਾਅਦ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਕਰਨੀ ਹੈ, ਡਿਪਲੋਮਾ ਫਸਟ ਈਅਰ। ਕਿੰਨੀ ਉਮਰ ਦੇ ਵਿੱਚ ਤੁਸੀਂ ਇਹ ਕੁਛ ਬਣਾਉਣ ਲੱਗ ਗਏ ਜੋ ਗੈਜਟ ਬਣਾ ਰਹੇ ਹੋ? ਇਹ ਮੈਂ ਗੈਜਟ 2 ਸਾਲ ਤੋਂ ਬਣਾ ਰਿਹਾ ਤੇ ਉਸ ਤੋਂ ਪਹਿਲਾਂ ਸ਼ੌਂਕ ਸੀ ਪਰ ਵਿੱਚੋਂ ਖਤਮ ਹੋ ਗਿਆ, ਉਸ ਤੋਂ ਫਿਰ ਦੁਬਾਰਾ ਯੂਟਿਊਬ ਤੋਂ ਜ਼ਰੀਏ ਸਟਾਰਟ ਕੀਤਾ ਗਿਆ। ਹੁਣ ਤੱਕ ਤੁਸੀਂ ਕੀ ਕੁਛ ਬਣਾ ਚੁੱਕੇ ਹੋ, ਇਸ ਬਾਰੇ ਜਾਣਕਾਰੀ ਦਿਓ। ਮੈਂ ਹਜੇ ਤੱਕ ਲਗਭਗ 200 ਪ੍ਰੋਜੈਕਟ ਬਣਾ ਚੁੱਕਾ ਜੋ ਉਹਦੇ ਵਿੱਚੋਂ ਹਜੇ ਬਚੇ, ਥੋੜ੍ਹੇ ਬਚੇ, ਕਿਉਂਕਿ ਉਹਦੇ ਵਿੱਚੋਂ ਜਿਹੜੇ ਸਮਾਨ ਹੁੰਦਾ ਉਹ ਮੈਂ ਕੱਢ ਕੇ ਉਹਦੇ ਨਵਾਂ ਪ੍ਰੋਜੈਕਟ ਬਣਾਉਣਾ ਹੁੰਦਾ, ਕਿਉਂਕਿ ਵਾਰ ਵਾਰ ਪੈਸੇ ਲਾਉਣ ਦਾ ਕੋਈ ਮਤਲਬ ਪੈਸੇ ਵੇਸਟ ਕਰਨ ਦਾ ਕੋਈ ਬਣਦਾ ਨਹੀਂ, ਤਾਂ ਇਸ ਲਈ ਮੈਂ ਪੁਰਾਣੇ ਪ੍ਰੋਜੈਕਟ ਤੋਂ ਹੀ ਤੋੜ ਕੇ ਉਹਨਾਂ ਨੂੰ ਨਵਾਂ ਪ੍ਰੋਜੈਕਟ ਬਣਾ ਦਿੰਦਾ, ਤਾਂ ਹੁਣ ਮੇਰੇ ਕੋਲ ਜੋ ਪਏ ਆ ਮੈਂ ਤੁਹਾਨੂੰ ਦਿਖਾਵਾਂਗਾ ਅੱਜ। ਕੀ ਕੁਛ ਹੈ, ਸਾਨੂੰ ਦਿਖਾਓ ਇਸ ਬਾਰੇ। ਇਹ ਕੂਲਰ ਹੈ ਜੋ ਫੈਵੀਕੋਲ ਦੇ ਡਿੱਬੇ ਤੋਂ ਬਣਾਇਆ ਗਿਆ, ਫੈਵੀਕੋਲ ਦਾ ਡਿੱਬੇ ਕਬਾੜ ਤੋਂ ਲੈ ਕੇ ਆਉਂਦਾ 5 ਰੁਪਏ ਦਾ, ਅਤੇ ਉਹਦੇ ਤੋਂ ਬਣਾਇਆ ਗਿਆ ਇਹ, ਅਤੇ ਇਹਦੇ ਵਿੱਚ ਬਰਫ਼ ਪੈਂਦੀ ਹੈ ਅਤੇ ਹਵਾ ਆਉਂਦੀ ਠੰਡੀ ਪੂਰੀ। ਇਸ ਤੋਂ ਇਲਾਵਾ ਤੁਸੀਂ ਇੱਕ ਸਪੀਕਰ ਤਿਆਰ ਕੀਤਾ, ਓਇਲ ਦਾ ਕੈਨ ਹੈ, ਇਹ ਵੀ ਕਬਾੜ ਤੋਂ ਲਿਆਂਦਾ ਕਿ 10 ਰੁਪਏ ਦਾ ਕੈਨ ਲੈ ਕੇ ਆਉਂਦਾ, ਉਹਦੇ ਵਿੱਚ ਸਪੀਕਰ ਤਿਆਰ ਕੀਤਾ ਗਿਆ। ਤੁਸੀਂ ਵੇਖਿਆ ਹੋਊਗਾ ਸਪੀਕਰ, ਜਿਹੜੇ ਸਪੀਕਰ ਆਉਂਦੇ ਆ ਉਹ ਬਾਜ਼ਾਰੋਂ ਲਗਭਗ 300-400-500 ਰੁਪਏ ਤੱਕ ਆਉਂਦੇ ਆ, ਪਰ ਇਹ ਜਿਹੜਾ ਸਪੀਕਰ ਹੈ ਲਗਭਗ 80-90 ਰੁਪਏ ਦੇ ਅੰਦਰ ਬਣ ਗਿਆ। ਇਸ ਤੋਂ ਬਿਨਾਂ ਤੁਸੀਂ ਇੱਕ ਪਾਵਰ ਬੈਂਕ ਤਿਆਰ ਕੀਤੀ ਹੈ, ਕਿਸ ਚੀਜ਼ ਤੋਂ ਤਿਆਰ ਕੀਤੀ ਹੋਈ ਹੈ? ਇਹ ਪਾਵਰ ਬੈਂਕ ਜੋ ਲੈਪਟਾਪ ਦੀ ਬੈਟਰੀ ਹੁੰਦੀ, ਪੁਰਾਣੀ ਜਿਹੜੇ ਲੋਕ ਦੇ ਦਿੰਦੇ ਆ ਪੁਰਾਣੀ ਬੈਟਰੀ ਉਹ ਚੱਲਦੀ ਨਹੀਂ, ਉਹਦੇ ਪੈਸੇ ਦੇ ਦਿੰਦੇ ਆ, ਪਰ ਉਹ ਬੈਟਰੀ ਆਪਾਂ ਲਿਆ ਕੇ ਲਗਭਗ 30-40 ਰੁਪਏ ਜਾਂ 50 ਰੁਪਏ ਦੇ ਅੰਦਰ ਮਿਲ ਜਾਂਦੀ ਬੈਟਰੀ। ਉਸ ਬੈਟਰੀ ਦੇ ਅੰਦਰ ਲਗਭਗ 3-4 ਸੈੱਲ ਸਹੀ ਹੁੰਦੇ, ਬਾਕੀ ਸੈੱਲ ਖਰਾਬ ਹੁੰਦੇ, ਇਸ ਕਰਕੇ ਉਹ ਮਤਲਬ ਉਹ ਸੀਰੀਅਸ ਕਨੈਕਸ਼ਨ ਹੁੰਦੇ ਉਹਦੇ ਅੰਦਰ, ਤਾਂ ਉਹ ਕਰਕੇ ਬੈਟਰੀ ਖਰਾਬ ਹੋ ਜਾਂਦੀ ਹੈਗੀ ਹੈ, ਤਾਂ ਲਗਭਗ 1 ਸੈੱਲ ਵੀ ਖਰਾਬ ਹੋਵੇ ਤਾਂ ਖਰਾਬ ਹੋ ਜਾਂਦੀ ਬੈਟਰੀ, ਤਾਂ ਲੋਕਾਂ ਨੂੰ ਲੱਗਦਾ ਕਿ ਬੈਟਰੀ ਖਰਾਬ ਹੋ ਜਾਂਦੀ, ਤਾਂ ਕਰਕੇ ਉਹ ਦੇ ਦਿੰਦੇ ਆ ਉਹਨਾਂ ਕੋਲ, ਅਤੇ ਆਪਾਂ ਜਾ ਕੇ ਉਹਨਾਂ ਦਾ ਮਤਲਬ ਯੂਜ਼ ਕਰ ਸਕਦੇ 3-4 ਸੈੱਲ। ਕਿੰਨੇ ਐਮਐਚ ਦੀ ਬੈਟਰੀ ਜੇਕਰ 10 ਐਮਐਚ ਬਣਾਈ ਗਈ ਪੈਰਲਲ ਦੇ ਕਨੈਕਸ਼ਨ ਕੀਤੇ ਗਏ ਇਹਦੇ ਅੰਦਰ, ਤਾਂ ਇਹ ਹੈਗੀ ਹੈ। ਇਸ ਦੀ ਕੁੱਲ ਕਿੰਨੀ ਕੋਸਟ ਆਈ? ਇਹਦੇ ਲਗਭਗ 100-150 ਦੇ ਅੰਦਰ ਬਣ ਗਿਆ ਸੀ। ਇਸ ਤੋਂ ਬਿਨਾਂ ਤੁਸੀਂ ਇੱਕ ਹਾਂਜੀ ਇਨਵਰਟਰ ਸਟੱਡੀ ਕਰਦੇ ਵਕਤ ਬਣਾਇਆ, ਤਾਂ ਕਰਕੇ ਜਿਵੇਂ ਅੱਜ ਕੱਲ੍ਹ ਲਾਈਟ ਬਹੁਤ ਕੱਟ ਹੁੰਦੀ ਰਹਿੰਦੀ ਹੈਗੀ ਹੈ, ਤਾਂ ਉਸ ਕਰਕੇ ਮੈਂ ਜਿਹੜਾ ਬੱਚਿਆਂ ਦੀ ਸਟੱਡੀ ਵਿੱਚ ਨੁਕਸਾਨ ਹੁੰਦਾ ਹੈਗਾ, ਲਾਈਟ ਚਲੀ ਜਾਂਦੀ ਹੈ, ਤਾਂ ਕਰਕੇ ਮੈਂ ਛੋਟਾ ਇਨਵਰਟਰ ਬਣਾਇਆ, ਲਗਭਗ 1-1.5 ਘੰਟੇ ਦਾ ਬੈਕਅਪ ਮਿਲਦਾ ਉਹਦੇ ਨਾਲ, ਅਤੇ ਆਪਾਂ ਯੂਜ਼ ਕਰ ਸਕਦੇ ਹਾਂ। ਕਹੋਗੇ ਤੁਸੀਂ? ਹਾਂਜੀ, ਇਹ ਦੇਖ ਸਕਦੇ ਹੋ ਲਗਭਗ 1-1.5 ਘੰਟੇ ਦਾ ਬੈਕਅਪ ਦਿੰਦਾ, ਅਤੇ ਆਪਾਂ ਨੂੰ ਦੁਬਾਰਾ ਚਾਰਜ ਕਰਕੇ ਇਹਦਾ ਯੂਜ਼ ਵੀ ਕਰ ਸਕਦੇ ਹਾਂ, ਇਹਨੀ ਅੰਦਰ ਬੈਟਰੀ ਵਗੈਰਾ ਪਾਣੀ ਹੈ, ਕੋਈ ਸੈੱਲ ਵੈੱਲ ਡਾਲਨੇ ਕੁਛ ਨਹੀਂ ਹੈਗਾ ਇਹਦੇ ਅੰਦਰ, ਸਿੱਧਾ ਆਪਾਂ ਨੂੰ ਚਾਰਜ ਕਰਕੇ ਦੁਬਾਰਾ ਯੂਜ਼ ਕਰ ਸਕਦੇ ਹਾਂ। ਟੇਬਲ ਫੈਨ ਬਣਾਇਆ ਹੈਗਾ, ਇਹ ਕਿੰਨਾ ਟਾਈਮ ਚੱਲਦਾ ਅਤੇ ਇਹ 'ਤੇ ਕਿੰਨੀ ਕੋਸਟ ਹੈ? ਇਹਨੂੰ ਬਣਾਉਣ 'ਤੇ ਲਗਭਗ 150 ਰੁਪਏ ਲੱਗੇ, ਉਸ ਤੋਂ ਜ਼ਿਆਦਾ ਨਹੀਂ ਲੱਗਿਆ, ਅਤੇ ਬਾਕੀ ਜਿਹੜਾ ਸਮਾਨ ਇਹਦੇ ਵਿੱਚ ਸਾਰਾ ਕਬਾੜ ਤੋਂ ਹੀ ਲਿਆਂਦਾ ਗਿਆ, ਜਿਹੜਾ 1-2 ਚੀਜ਼ਾਂ ਜਿਹੜੇ ਦੁਕਾਨ ਤੋਂ ਖਰੀਦੀਆਂ, ਬਾਕੀ ਸਾਰਾ ਸਮਾਨ ਕਬਾੜ ਤੋਂ ਹੀ ਲਿਆਂਦਾ ਗਿਆ, ਅਤੇ ਇਹਨੂੰ ਬਣਾਉਣ 'ਤੇ ਲਗਭਗ 150 ਰੁਪਏ ਦਾ ਖਰਚਾ ਹੈ। ਇਹ ਕੁੱਲ ਕਿੰਨਾ ਟਾਈਮ ਚੱਲ ਜਾਂਦਾ ਹੈ, ਕਿੰਨੇ ਕੁ ਬੈਟਰੀ ਜਾਂ ਬੈਟਰੀ 'ਚ ਚੱਲਦਾ ਜਾਂ ਇਲੈਕਟ੍ਰਿਕ ਬਿਜਲੀ 'ਚ ਵੀ ਚੱਲ ਜਾਂਦਾ, ਅਤੇ ਅਡੈਪਟਰ ਦੇ ਵੀ ਚੱਲਦਾ, ਟਰਾਂਸਫਾਰਮਰ ਦੇ ਵੀ ਚੱਲ ਜਾਂਦਾ, ਸੋਲਰ ਪੈਨਲ ਦੇ ਵੀ ਚੱਲ ਜਾਂਦਾ, ਸਾਰੀ ਚੀਜ਼ਾਂ 'ਤੇ ਚੱਲ ਜਾਂਦਾ, ਅਤੇ ਇਹਨੂੰ ਆਪਾਂ ਲਗਭਗ ਅਗਰ ਲਗਾਤਾਰ ਚਲਾਵਾਂਗੇ ਇਹਨੂੰ ਅਡੈਪਟਰ 'ਤੇ ਲਗਭਗ 2 ਘੰਟੇ ਆਪਾਂ ਨੂੰ ਚਲਾ ਸਕਦੇ ਹਾਂ, ਉਸ ਤੋਂ ਬਾਅਦ ਜੋ ਮੋਟਰ ਹੈ ਉਹ ਹੀਟ ਹੋ ਜੂਗੀ, ਅਤੇ ਆਪਾਂ ਜੇ ਇਹਦੇ ਅੰਦਰ ਮੋਟਰ ਵਧੀਆ ਵੀ ਲਗਾ ਸਕਦੇ, ਪੈਸੇ ਹੋਰ ਉਹਦੇ ਵਾਸਤੇ ਲੱਗਣਗੇ। ਇੱਕ ਤੁਸੀਂ ਇਹ ਵਾਲੇ ਜਿਹੜੇ ਇੰਡੀਕੇਟਰ ਤਿਆਰ ਕੀਤੇ ਆ ਇਹਦੇ ਬਾਰੇ ਦੱਸੋ। ਹਾਂਜੀ, ਇਹ ਇੰਡੀਕੇਟਰ ਆਪਣੇ ਜਿਹੜੇ ਬਾਜ਼ਾਰੋਂ ਇੰਡੀਕੇਟਰ ਮਿਲਦੇ ਹੈਗੇ ਉਹ ਮਹਿੰਗੇ ਆਉਂਦੇ ਆ, ਕਿਉਂਕਿ ਮੈਂ ਤਾਂ ਅਜੇ ਖਰੀਦਿਆ ਨਹੀਂ, ਮੇਰੇ ਕੋਲ ਕੋਈ ਬਾਈਕ ਵਗੈਰਾ ਹੈ ਨਹੀਂ, ਤਾਂ ਮੇਰੇ ਕੋਲ ਅਭੀ ਉਹਦਾ ਪਤਾ ਨਹੀਂ ਕਿੰਨੇ ਦੇ ਆਉਂਦੇ ਆ, ਪਰ ਇਹ ਜੋ ਇੰਡੀਕੇਟਰ ਹੈ ਲਗਭਗ 30 ਰੁਪਏ ਦੇ ਅੰਦਰ ਬਣ ਗਿਆ, ਅਤੇ ਜ਼ਿਆਦਾਤਰ ਦਾ ਸਮਾਨ ਜੋ ਕਬਾੜ ਦੇ ਅੰਦਰ ਹੀ ਮਿਲਿਆ, ਪਾਈਪ ਵਗੈਰਾ ਟੁਕੜੇ ਟਕੜੇ ਇੱਧਰ ਉੱਧਰ ਕਬਾੜ ਵਾੜ ਦੇ ਅੰਦਰ ਮਿਲ ਜਾਂਦੇ ਆਪਣੇ ਨੂੰ, ਅਤੇ ਇਹਦੇ ਵਿੱਚ ਲਗਭਗ
जिथे मर्जी डायरेक्शन दे विच तुसीं एडजस्ट कर सकते हो। इस तो बिना आ देखो जी इंडीकेटर जग रहा है, इस बना इन बनाने पर कितना खर्चा आएगा? 30 रुपये बनाने खर्चा आया सिर्फ, तो कोई भी बना सकता 30 रुपये के अंदर। जेकर किस चीज़ का बनया हुआ है? ये PVC पाइप के टुकड़े, आप बिजली फिटिंग जो काम के टुकड़े टाकड़े इधर खराब ही हो ही जाते हैं, छोटे व्डे आई जाते हैं, तो वो टुकड़े मेरे को पे से उन मैं तैयार किया गया। जी एक चीज़ है ये सर रिकॉर्डिंग माइक आते हैं, माइक तुम्हें देखा होगा 1000 रुपये लगभग 1200 रुपये के माइक आते हैं, पर यह माइक काफ़ी सस्ते नरमान लगभग 20-30 रुपये बनाने लगे सिर्फ 20-30 रुपये का खर्चा। हाँ जी इन मतलब क्योंकि पाइप के टुकड़े तो इधर अपने मिल ही जाते कबाड़ के अंदर, तो बस अंदर ज़्यादा खर्चा नहीं है। 5 रुपये का कंडेंसर माइक आता है, इन्हें यूज़ किया गया, तो अंदर केबल इतने लगी हुई है, तो उन्होंने फोन न कनैक्ट करके अपने रिकॉर्डिंग वगैरह कर सकते हैं। तुम काविया तैयार किया है बनाने कि खर्चा आया? इन्हें बनाने लगभग 30 रुपये का सर खर्चा आया, 30 से 40 रुपये, इस तो ज़्यादा नहीं आया खर्चा। तो जेकर बाजार गल की बाजार चो कि लगभग अपने 150 रुपये का काविया मिलेगा ही, तो जब आप वी लावे रेट ज़्यादा होगा, पर जो 150 रुपये का काविया आता उही आप घर भी बना सकते 30 रुपये देता सिर्फ, जिंद अपने काफ़ी पैसे बच जाते हैं। इस तो बिना तुम एक ग्रास कटर बनाया? हाँ जी वो ग्रास कटर भी PVC पाइप तो बनाया गया, जो अपने ब्लेड होंगे ना कटर के ब्लेड होंगे उनका यूज़ करके बनाया गया से, तो उनके मोटर लगी हुई से उनके लगी हुई है, क्योंकि मैं फिर ज़्यादा पैसे वेस्ट नहीं करता, मैं जो मेरे को समान पिया होता मैं उन्हें तो यूज़ करके दोबारा प्रोजेक्ट बनाना, तो उन्हें अंदर मोटर लगी हुई है, तुम वीडियोस दिखा दो उन्होंने। कूलर तैयार किया TV के उपरों, कितों लिया एक कुल TV अपने घर ही पिया, मतलब इन सारा समान लग्या हुआ पर सारा TV एकदम कबाड़ बन चुका है, कबाड़ के अंदर जो अभी वेचन गए तो लगभग 200 रुपये का देन लग्या कबाड़िया, पर मैं सोचा आप यूज़ करके कोई कूलर वगैरह या फिर कोई प्रोजेक्ट और बना सकते हैं, फिर मैं थोड़ा दिमाग लगाया इन्हें की बन सकता है, तो फिर मेरे दिमाग च आया कि कूलर बना सकते, गर्मियाँ भी चली जो कूलर बना दें, तो इन कूलर बनाया फिर मैं। तुम बच्चों और जो नौजवान अजक लोग नशे के वल वध रहे हैं, तुम उन्होंने की संदेश देना चाहोगे? सर मैं तो यही कह जाऊँगा इन्हें पैन का कोई फायदा नहीं है नशे में, तुम आपका थोड़ा शौक है तुम उनके रिलेटेड जाओ, थोड़े चंगे शौक जोड़े है उन्होंने तुम आपका फ्यूचर बनाओ तो कामयाब हो। और थोड़े दिल के कोई इच्छा हो मैं आ कुछ बना चाहना है? सर मैं एक ह्यूमनॉइड ड्रोन बनाना चाहना जिंद खर्चा काफ़ी ज़्यादा होगा, तो वह तो मैं अफोर्ड नहीं कर सकता, तो इसलिए मैं वो हजे मतलब हजे नहीं बना सकता। तो की तुम सरकार तो की अपील की करते हो? सरकार तो अपील सर आप सरकार तो अपील यही करेंगे कि बस सपोर्ट करें सानू। सो ये नौजवान हैं जो मैच हजे +2 ही की है, तो ये बहुत जो भी कुछ बना रहा है सिर्फ तो सिर्फ जो कबाड़ के आप वस्तुआ सड़ दें उन्होंने तो यह तैयार कर रहा है वस्तुओं तो, सो सरकार को चाहिए है कि ज अजक नौजवानों उत्साहित करने इदा के नौजवानों की सपोर्ट करनी चाहिए है। श्री मुक्तसर साहब तो अजीत वैब टीवी लई बलकरण सिंह खारा की रिपोर्ट। देश दुनिया दीयां ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप, हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हां नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी, यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब TV। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत, तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।